ਹਾਂਜੀ, ਇੱਕ ਸਵਾਲ ਬਹੁਤ ਆਉਂਦਾ ਹੈਗਾ ਵੀ ਬਾਈ ਜੀ ਤੁਸੀਂ ਕਹਿ ਦਿੰਦੇ ਹੋ ਡਾਇਰੀ ਲਿਖ ਲਓ, ਡਾਇਰੀ ਕਿਵੇਂ ਲਿਖੀ ਹੈ? ਡਾਇਰੀ ਤਾਂ ਲਿਖਣੀ ਨਹੀਂ ਆਉਂਦੀ, ਅਸੀਂ ਕਦੇ ਲਿਖੀ ਨਹੀਂ, ਡਾਇਰੀ 'ਚ ਲਿਖਾਂਗੇ ਕੀ? ਤਾਂ ਅੱਜ ਮੈਂ ਪੁਆਇੰਟ ਬਣਾਏ ਨੇ ਜਿਹੜੇ ਉਹ ਇਸੇ 'ਤੇ ਨੇ ਵੀ ਡਾਇਰੀ ਕਿਵੇਂ ਲਿਖੀਏ, ਅੱਜ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂਗੇ। 7 ਪੁਆਇੰਟ ਨੇ, 7 ਪੁਆਇੰਟਸ ਨਾਲ ਆਪਾਂ ਤੁਹਾਨੂੰ ਦੱਸਾਂਗੇ ਵੀ ਡਾਇਰੀ ਹੈ ਜਿਹੜੀ, ਡਾਇਰੀ ਲਿਖਣ ਦੇ ਤਰੀਕੇ ਕੀ ਨੇ, ਫਾਇਦੇ ਡਾਇਰੀ ਲਿਖਣ ਦੇ ਨੇ ਜਿਹੜੇ ਉਹ ਵੀ ਨਾਲ ਨਾਲ ਹੋਈ ਜਾਣਗੇ, ਪਰ ਤਰੀਕੇ ਨੇ ਜਿਹੜੇ, ਕਿਉਂਕਿ ਬਹੁਤ ਜਣੇ ਹੈਗੇ ਨੇ ਜਿਹੜੇ ਡਾਇਰੀ ਲਿਖਣਾ ਚਾਹੁੰਦੇ ਨੇ ਪਰ ਉਹ ਕਹਿੰਦੇ ਬਾਈ ਡਾਇਰੀ ਲਿਖੀਏ ਕਿਵੇਂ, ਸਾਨੂੰ ਪਤਾ ਨਹੀਂ, ਉਹ ਦੱਸ। ਸਭ ਤੋਂ ਪਹਿਲੀ ਚੀਜ਼ ਆ, ਤੁਸੀਂ ਇਹ ਡਿਸਾਈਡ ਕਰਨਾ ਵੀ ਡਾਇਰੀ ਪੇਪਰ 'ਤੇ ਲਿਖਣੀ ਹੈ, ਫੋਨ 'ਤੇ ਲਿਖਣੀ ਹੈ, ਆਈਪੈਡ 'ਤੇ ਲਿਖਣੀ ਹੈ, ਯਾਨੀ ਡਿਜੀਟਲ ਡਾਇਰੀ ਲਿਖੋਗੇ ਜਾਂ ਪੇਪਰ ਡਾਇਰੀ ਲਿਖੋਗੇ। ਇਹ ਬਹੁਤ ਜ਼ਰੂਰੀ ਹੈ। ਹੁਣ ਕਈ ਜਿਹੜੇ IT 'ਚ ਜੋਬ ਕਰਦੇ ਨੇ ਜਾਂ ਉਹਨਾਂ ਲਈ ਅੱਜ ਕੱਲ੍ਹ ਡਿਜੀਟਲ ਡਾਇਰੀ ਹੈ ਜਿਹੜੀ, ਉਹਨਾਂ ਨੂੰ ਬਹੁਤ ਸੌਖੀ ਲੱਗਦੀ ਆ, ਅਤੇ ਕਈਆਂ ਨੂੰ ਪੇਪਰ ਡਾਇਰੀ ਬਹੁਤ ਸੌਖੀ ਲੱਗਦੀ ਹੈ। ਬਹੁਤ ਐਪ ਆ ਗਈਆਂ ਡਾਇਰੀ ਲਿਖਣ ਵਾਲੀਆਂ, ਐਪ ਦੇ ਵਿੱਚ ਲਿਖਣੀ ਆ ਜਾਂ ਨੋਟਸ ਦੇ ਵਿੱਚ ਲਿਖਣੀ ਆ, ਜਾਂ ਤੁਸੀਂ ਕਾਪੀ 'ਤੇ ਲਿਖਣੀ ਆ, ਜਾਂ ਤੁਸੀਂ ਡਾਇਰੀ ਜਿਹੜੀ ਡਾਇਰੀ ਬਣੀ ਹੁੰਦੀ ਹੈ ਜਿਵੇਂ ਆਪਣੇ ਵਾਲੀ ਕਿਤਾਬ ਹੈ, ਇਹ ਵੀ ਇੱਕ ਤਰ੍ਹਾਂ ਨਾਲ ਡਾਇਰੀ ਲਿਖਣ ਦੇ ਵਿੱਚ, 84 ਦਿਨ ਦੀ ਡਾਇਰੀ ਇਹਦੇ ਵਿੱਚ, ਹੈ ਨਾ, ਕਿਸ ਤਰੀਕੇ ਨਾਲ ਤੁਸੀਂ ਡਾਇਰੀ ਲਿਖਣੀ ਹੈ ਉਹ ਚੀਜ਼ ਤੁਸੀਂ ਡਿਸਾਈਡ ਕਰਨੀ ਹੈ। ਜਦੋਂ ਤੁਸੀਂ ਇਹ ਡਿਸਾਈਡ ਕਰ ਲਿਆ ਵੀ ਤੁਸੀਂ ਲਿਖਣਾ ਕਿੱਥੇ ਆ, ਦੂਜਾ ਪਾਰਟ ਹੈਗਾ ਤੁਸੀਂ ਇੱਕ ਟਾਈਮ ਬੰਨਣਾ, ਰੈਗੂਲਰ ਟਾਈਮ, ਰੋਜ਼ 9 ਵਜੇ ਜਾਂ ਤਾਂ ਆਪਦੇ ਫੋਨ 'ਤੇ ਅਲਾਰਮ ਲਾਓ ਜਾਂ ਕੋਈ ਸਿਸਟਮ ਬਣਾਓ ਵੀ 9 ਵਜੇ ਤੁਹਾਨੂੰ ਯਾਦ ਆਵੇ ਵੀ ਇਹ ਡਾਇਰੀ 9 ਵਜੇ ਲਿਖਣੀ ਸ਼ੁਰੂ ਕਰਨੀ ਹੈ ਅਤੇ 9 ਮਿੰਟ ਹੀ ਲਿਖਣੀ ਹੈ, ਕਿਉਂਕਿ ਅਦਰਵਾਈਜ਼ ਕੀ ਹੁੰਦਾ, ਸਮਾਂ ਵੱਧ ਘੱਟ ਹੋਣ ਲੱਗ ਗਿਆ, ਤੁਹਾਡਾ ਮਨ ਆਪ ਹੀ ਥੋੜ੍ਹੇ ਦਿਨਾਂ ਬਾਅਦ ਉੱਕ ਜੂਗਾ, ਇਹ ਟਾਈਮ ਬਹੁਤ ਖਾਂਦੀ ਆ। 9 ਮਿੰਟ ਡਾਇਰੀ ਲਿਖਣੀ, ਇਹ ਵੀ ਬਹੁਤ ਇੰਪੋਰਟੈਂਟ ਹੈ, ਇਹ ਤੁਸੀਂ ਡਿਸਾਈਡ ਕਰਨਾ। ਤੀਜੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਮੈਨੂੰ ਲੱਗਦੀ ਹੈ ਵੀ ਡਾਇਰੀ ਲਿਖਣੀ ਕਿਉਂ ਹੈ, ਤੁਹਾਡਾ ਪਰਪਸ ਕੀ ਹੈ ਡਾਇਰੀ ਲਿਖਣ ਦਾ। ਡਾਇਰੀ ਲਿਖਣ ਦੇ ਪਰਪਸ ਕਈ ਹੋਣੇ, ਕਈ ਬੰਦੇ ਨੇ ਜਿਨ੍ਹਾਂ ਨੇ ਬਾਅਦ 'ਚੋਂ ਬਾਇਓਗ੍ਰਾਫੀ ਲਿਖਣੀ ਆ, ਆਪਦੇ ਲਾਈਫ ਦੇ ਗੋਲ ਅਚੀਵ ਕਰਨੇ ਉਹਦੇ ਵਾਸਤੇ ਡਾਇਰੀ ਲਿਖਣੀ ਆ, ਕਿਸੇ ਨੇ ਆਪਣੀਆਂ ਫੀਲਿੰਗਸ ਡਾਇਰੀ ਦੇ ਵਿੱਚ ਲਿਖਣੀ ਉਹਦੇ ਵਾਸਤੇ ਲਿਖਣੀ ਹੈ, ਕਿਸੇ ਨੇ ਕਈ ਚੀਜ਼ਾਂ ਦਾ ਕੰਬੀਨੇਸ਼ਨ ਲਿਖਣਾ, ਅਤੇ ਕਿਸੇ ਨੇ ਰਿਫਲੈਕਸ਼ਨਸ ਲਿਖਣੀਆਂ ਨੇ। ਇੱਕ ਬੰਦਾ ਸੀਗਾ, ਮੇਰੇ ਯਾਦ ਨਹੀਂ ਹੁਣ, ਉਹ ਕਹਿੰਦੇ ਲੰਡਨ ਤੋਂ ਟਰੈਵਲ ਕਰਦਾ ਹੁੰਦਾ ਸੀ ਡੇਲੀ ਟ੍ਰੇਨ 'ਤੇ, ਸ਼ਾਇਦ ਮੈਨਚੈਸਟਰ ਤੋਂ ਸੀਗਾ, ਜੋਬ ਕਰਦਾ ਸੀ ਲੰਡਨ, ਉਹ ਸ਼ਾਮ ਨੂੰ ਜਦੋਂ ਟ੍ਰੇਨ 'ਤੇ ਆਉਂਦਾ ਸੀਗਾ ਤਾਂ ਉਦੋਂ ਉਹ ਆਪਣੀਆਂ ਦਿਨ ਦੀਆਂ ਗਲਤੀਆਂ ਲਿਖਦਾ ਸੀ ਅਤੇ ਰਿਫਲੈਕਸ਼ਨਸ। ਹੁਣ ਮੈਂ ਯਾਦ ਨਹੀਂ ਆ ਰਿਹਾ ਵੀ ਕੌਣ ਸੀ, ਫਿਰ ਉਹ ਬੁੱਕ ਛਪੀ ਸੀ ਬਹੁਤ ਸੋਹਣੀ। ਅਤੇ ਇਸ ਤਰੀਕੇ ਦੀਆਂ ਚੀਜ਼ਾਂ ਵੀ ਹੋ ਸਕਦੀਆਂ ਨਾ। ਇਹ ਸਾਰੇ ਕਾਸੇ ਨਾਲ ਇਹ ਆ ਵੀ ਜਦੋਂ ਤੁਸੀਂ ਡਾਇਰੀ ਲਿਖੋਗੇ, ਸਭ ਤੋਂ ਵੱਡੀ ਚੀਜ਼ ਹੈ ਇੱਕ ਜ਼ਿੰਦਗੀ ਨੂੰ ਇੱਕ ਮੀਨਿੰਗ ਮਿਲਦਾ ਜਦੋਂ ਪਿੱਛੇ ਤੁਸੀਂ ਪੜ੍ਹਦੇ ਵੀ ਯਾਰ ਮੈਂ ਕਿਹਾ ਸੀ ਮੈਂ ਕਰਿਆ। ਮੈਂ ਕਿਤੇ ਕਈ ਲਾ ਲਓ 2017 ਦੇ ਵਿੱਚ ਇਹ ਚੀਜ਼ ਲਿਖੀ ਸੀ ਵੀ ਮੈਂ ਯਾਰ ਸਟੇਜ ਤੋਂ ਬੋਲਣਾ ਪੰਜਾਬੀ 'ਚ, ਪਰ ਬੋਲਣਾ ਇੰਗਲੈਂਡ ਕਨੇਡਾ ਦੇ ਵਿੱਚ, ਵੱਡੀਆਂ ਸਟੇਜਾਂ ਤੋਂ ਮੈਂ ਜਾ ਕੇ ਬੋਲਣਾ। 2023 ਦੇ ਵਿੱਚ ਜਾ ਕੇ ਉਹ ਗੱਲ ਮੈਂ ਪੋਸੀਬਲ ਕਰ ਸਕਿਆ, ਸਮਾਂ ਲੱਗਿਆ, ਪਰ ਕਿਉਂਕਿ ਕਿਤੇ ਲਿਖਤੀ ਸੀ ਨਾ, ਜਦੋਂ ਤੁਸੀਂ ਪੇਪਰ 'ਤੇ ਲਿਖ ਦਿੰਦੇ ਹੋ ਉਹ ਇੱਥੇ ਵੀ ਲਿਖੀ ਜਾਂਦੀ। ਇਸ ਤਰੀਕੇ ਨਾਲ ਜਦੋਂ ਚੀਜ਼ਾਂ ਲਿਖ ਦਿਓਗੇ ਤਾਂ ਉਦੋਂ ਆਪਣੇ ਆਪ ਫਰਕ ਪੈਂਦਾ। ਇਹ ਤੋਂ ਅਗਲੀ ਚੀਜ਼ ਹੈਗੀ ਵੀ ਲਿਖਣਾ ਸ਼ੁਰੂ ਕਰੋ। ਜਦੋਂ ਲਿਖਣਾ ਸ਼ੁਰੂ ਕਰਨਾ ਉੱਥੇ ਤਰੀਕ ਪਾਉਣੀ ਹੈ, ਸਮਾਂ ਪਾਉਣਾ, ਦਿਨ ਪਾਉਣਾ। ਜਿਵੇਂ ਸਕੂਲ 'ਚ ਨਹੀਂ ਆਪਾਂ ਨੂੰ ਹੋਮਵਰਕ ਲਿਖਾਉਂਦੇ ਹੁੰਦੇ ਸੀ, ਫਿਰ ਡੇਟ ਪਾਉਂਦੇ ਸੀ, ਫਿਰ ਦਿਨ ਪਾਉਂਦੇ ਸੀ, ਉਹ ਕਿਉਂ ਪਾਉਂਦੇ ਸੀ? ਜੇ ਤੁਸੀਂ ਪਿੱਛੇ ਮੁੜ ਕੇ ਦੇਖੋ ਤੁਸੀਂ ਦੇਖ ਸਕੋ ਵੀ ਇਹ ਕਿੱਦੇ ਕੀ ਕੀਤਾ ਸੀ। ਉਹਦੇ ਨਾਲ ਬਹੁਤ ਫਰਕ ਪੈਂਦਾ, ਕਿਉਂਕਿ ਤੁਹਾਨੂੰ ਯਾਦਾਂ ਤਾਜ਼ੀਆਂ ਹੁੰਦੀਆਂ, ਪਿੱਛੇ ਦੇਖ ਕੇ ਚੀਜ਼ਾਂ ਯਾਦ ਰਹਿੰਦੀਆਂ। ਅਦਰਵਾਈਜ਼ ਉਹ ਰੈਂਡਮ ਤੁਹਾਡਾ ਟੈਕਸਟ ਪਿਆ ਨਾ, ਉਹ ਤੁਹਾਨੂੰ ਉਹਨਾਂ ਮੋਟੀਵੇਟ ਨਹੀਂ ਕਰ ਸਕਦਾ ਜਿੰਨਾ ਡੇਟ ਟਾਈਮ ਵਾਲਾ ਜਿਹੜਾ ਉਹ ਤੁਹਾਨੂੰ ਮੋਟੀਵੇਟ ਕਰੂਗਾ। ਹੁਣ ਜੇ ਤੁਹਾਨੂੰ ਕੋਈ ਪੁਰਾਣੀ ਤੁਹਾਡੇ ਪਿਓ ਦਾਦੇ ਪੜਦਾਦੇ ਦੀ ਚੀਜ਼ ਲੱਭ ਜੇ, ਇਹਦੇ ਕੋਈ ਡੇਟ ਨਹੀਂ ਪਾਈ, ਉਹਨੂੰ ਦੇਖ ਕੇ ਉਹਨਾਂ ਸਵਾਦ ਨਹੀਂ ਹੁੰਦਾ। ਜੇ ਕਿਸੇ ਚੀਜ਼ 'ਤੇ ਡੇਟ ਪਾਈ ਹੋਵੇ 1947 ਤੋਂ ਪਹਿਲਾਂ ਦਾ, ਤੁਹਾਨੂੰ ਐਕਸਾਈਟਮੈਂਟ ਹੋ ਜਾਂਦੀ ਹੈ। ਇਸੇ ਤਰੀਕੇ ਨਾਲ ਉਹਨੂੰ ਲਿਖੋਗੇ ਤਾਂ ਉਹ ਜ਼ਿਆਦਾ ਕੰਮ ਦਾ ਹੋਊਗਾ। ਬਾਕੀ ਤੁਹਾਡਾ ਸ਼ੌਂਕ ਕੀ ਆ, ਤੁਸੀਂ ਮੋਟਾ ਮੋਟਾ ਲਿਖ ਸਕਦੇ ਹੋ, ਤੁਸੀਂ ਬਰੀਕੀ 'ਚ ਲਿਖ ਸਕਦੇ ਹੋ, ਤੁਸੀਂ ਡਿਟੇਲ 'ਚ ਲਿਖ ਸਕਦੇ ਹੋ, ਇਹ ਤੁਹਾਡਾ ਪਾਰਟ ਆ। ਹੁਣ ਜੇ ਤੁਸੀਂ ਡਿਟੇਲ ਲਿਖਣੀ ਹੈ ਤਾਂ ਉੱਥੇ ਹੁਣ ਸਵਾਲ ਇਹ ਹੁੰਦਾ, ਬਾਈ ਜੀ ਲਿਖੀਏ ਕੀ ਲਿਖੀਏ ਡਾਇਰੀ ਵਿੱਚ, ਇਹ ਨਹੀਂ ਸਮਝ ਆ ਰਿਹਾ। ਹੁਣ ਡਿਟੇਲ ਦੇ ਵਿੱਚ ਤੁਸੀਂ ਕੋਈ ਈਵੈਂਟ ਅੱਜ ਦਿਨ ਦੇ ਵਿੱਚ ਕਿਹੜੇ ਹੋਏ, ਕਿਹੜੇ ਲੋਕਾਂ ਨੂੰ ਮਿਲੇ, ਕਿਹੜੀਆਂ ਫੀਲਿੰਗਸ ਅੱਜ ਕੈਪਚਰ ਕਰੀਆਂ, ਕਿਹੜੇ ਇਮੋਸ਼ਨਸ ਅੱਜ ਕੈਪਚਰ ਕਰੇ, ਹਰ ਚੀਜ਼ ਦਾ ਐਸੈਂਸ, ਹਰ ਚੀਜ਼ ਦੀ ਡਿਟੇਲ ਤੁਸੀਂ ਲਿਖ ਸਕਦੇ ਹੋ ਵੀ ਮੈਂ ਉੱਥੇ ਖੜਾ ਸੀ, ਮੈਂ ਉਹਦੇ ਮੂੰਹ 'ਤੇ ਝੁਰੜੀਆਂ ਦੇਖੀਆਂ ਤਾਂ ਉਸ ਨਾਲ ਮੈਨੂੰ ਆਪਣੀ ਦਾਦੀ ਯਾਦ ਆ ਗਈ, ਕਿਉਂਕਿ ਅਸਲ 'ਚ ਤਾਂ ਇਹੀ ਹੁੰਦਾ ਨਾ, ਰਾਧਾ ਦਾ ਅੱਜ ਮੈਂ ਫਲਾਣੇ ਨੂੰ ਮਿਲਿਆ ਸੀ। ਉਹ ਐਕਸਪ੍ਰੈਸ਼ਨ ਨੂੰ ਡੀਪ ਜਾ ਕੇ ਲਿਖੋਗੇ
ਤਾਂ ਡੈਰੀ ਲਿਖਣ ਦਾ ਸਵਾਦ ਹੈ ਜਿਹੜਾ ਹੋਰ ਜ਼ਿਆਦਾ ਹੋ। ਇਸ ਮੂਮੈਂਟ 'ਤੇ ਮੈਂ ਤੁਹਾਨੂੰ ਦਿਖਾਉਣਾ ਵੀ ਜਿਹੜੀ ਆਪਣੇ ਵਾਲੀ ਕਿਤਾਬ ਹੈ ਨਾ, ਜੇ ਤੁਹਾਨੂੰ ਔਖਾ ਲੱਗਦਾ ਡੈਰੀ ਲਿਖਣਾ ਵੀ ਡੈਰੀ ਲਿਖੀਏ ਕਿਵੇਂ, ਤਾਂ ਤੁਸੀਂ ਇਹ ਕਿਤਾਬ ਯੂਜ਼ ਕਰ ਸਕਦੇ ਹੋ, ਕਿਉਂਕਿ ਇਹਦੇ ਵਿੱਚ ਪ੍ਰੋਂਪਟ ਨੇ ਸਾਰੀ ਕਿਤਾਬ ਦੇ ਵਿੱਚ। 10 ਮਿੰਟ ਰੋਜ਼ਾਨਾ ਆਪਾਂ ਕਿਤਾਬ ਦਾ ਨਾਂ ਰੱਖਿਆ, ਤੁਸੀਂ 10 ਮਿੰਟ ਹੀ ਰੋਜ਼ ਲਿਖਣਾ, 5 ਮਿੰਟ ਸਵੇਰੇ, 5 ਸ਼ਾਮ ਨੂੰ। ਇਹਦੇ ਵਿੱਚ ਤੁਹਾਨੂੰ ਸਵਾਲ ਪੁੱਛੇ ਗਏ ਨੇ, ਤੁਹਾਨੂੰ ਥੋਟ ਆਫ ਦਾ ਦੇ ਦਿੱਤਾ ਗਿਆ, ਉਹਦੇ ਹਿਸਾਬ ਨਾਲ ਦਿਨ ਦੇ ਵਿੱਚ ਕੀ ਕਰਨਾ, ਉਹਦੇ ਪਲਾਨ ਲਿਖਣੇ ਨੇ, ਸ਼ਾਮ ਨੂੰ ਆ ਕੇ ਰਿਫਲੈਕਟ ਕਰਨਾ ਵੀ ਸ਼ਾਮ ਨੂੰ ਆ ਕੇ ਦੇਖਣਾ ਵੀ ਅੱਜ ਦਿਨ ਕਿਵੇਂ ਦਾ ਰਿਹਾ, ਕੀ ਦੇਖਿਆ, ਕੀ ਕਰਿਆ। ਇਸ ਤਰੀਕੇ ਨਾਲ ਤੁਸੀਂ 84 ਡੇਜ਼ ਯਾਨੀ 3 ਮਹੀਨੇ 12 ਹਫ਼ਤੇ ਕਹਿ ਲਓ, ਤੁਸੀਂ ਡਾਇਰੀ ਲਿਖਣ ਦੀ ਆਦਤ ਆਪਣੀ ਕਿਤਾਬ ਤੋਂ ਪਾ ਸਕਦੇ ਹੋ। ਉਹਦੇ ਨਾਲ ਨਾਲ ਇਹਦੇ ਵਿੱਚ ਕਹਾਣੀਆਂ ਨੇ, ਉਹ ਕਹਾਣੀਆਂ ਵੀ ਤੁਹਾਨੂੰ ਹੈਲਪ ਕਰਨਗੀਆਂ, ਕਿਉਂਕਿ ਕਹਾਣੀ ਨਾਲ ਕੀ ਹੁੰਦਾ ਹੈਗਾ, ਮਨ ਜੁੜਦਾ। ਤਾਂ ਪਹਿਲਾਂ ਕਹਾਣੀ ਪੜ੍ਹੋਗੇ, ਫਿਰ ਇੱਕ ਹਫ਼ਤਾ ਡਾਇਰੀ ਲਿਖੋਗੇ, ਤਾਂ ਉਹਦੇ ਨਾਲ ਚੀਜ਼ ਹੈ ਜਿਹੜੀ ਉਹ ਥੋੜ੍ਹੀ ਹੋਰ ਜ਼ਿਆਦਾ ਇੰਗੇਜਿੰਗ ਹੋ ਜਾਂਦੀ ਹੈ ਜੇ ਤੁਸੀਂ ਸਟਰਗਲ ਕਰਦੇ ਹੋ। ਅਗਲਾ ਪੁਆਇੰਟ ਇਹ ਤੋਂ ਹੈਗਾ ਵੀ ਰਿਫਲੈਕਟ ਕਰੋ ਅਤੇ ਰਿਵਿਊ ਕਰੋ ਡਾਇਰੀ ਲਿਖਣ ਤੋਂ ਬਾਅਦ ਹਫ਼ਤੇ ਦੇ ਐਂਡ 'ਤੇ। ਇਹ ਫਿਰ ਆਪਣੀ ਕਿਤਾਬ ਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਵੀ ਹਰ 7ਵੇਂ ਦਿਨ ਤੁਸੀਂ ਇਹ ਦੇਖਣਾ ਵੀ ਪਿਛਲੇ 6 ਦਿਨਾਂ ਦੀ ਡਾਇਰੀ, 6 ਦਿਨਾਂ ਦੇ ਐਕਸ਼ਨਸ, 6 ਦਿਨਾਂ ਦੇ ਵਿੱਚ ਮੈਂ ਜੋ ਕੀਤਾ ਉਹ 'ਚ ਮੈਨੂੰ ਕੀ ਨਿਕਲ ਕੇ ਸਾਹਮਣੇ ਆ, ਉਹ ਰਿਫਲੈਕਸ਼ਨ ਕੀ ਸੀ, ਉਹਦੇ ਨਾਲ ਬੈਟਰ ਕੀ ਹੋਇਆ, ਅੱਗੇ ਜ਼ਿੰਦਗੀ ਦੇ ਵਿੱਚ ਕਿਹੜੀ ਇੱਕ ਚੀਜ਼ 7 ਦਿਨਾਂ 'ਚੋਂ ਕੱਢ ਕੇ ਜਿਹੜੀ ਮੈਂ ਪੱਕੇ ਤੌਰ 'ਤੇ ਲਾਗੂ ਕਰ ਸਕਦਾ ਜਾਂ ਕਰ ਸਕਦੀ, ਉਹ ਚੀਜ਼ ਹੈ ਜਿਹੜੀ ਉਹ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਊਗੀ। ਤਾਂ ਰਿਫਲੈਕਟ ਕਰਨਾ ਅਤੇ ਰਿਵਿਊ ਕਰਨਾ ਇਹ ਚੀਜ਼ ਤੁਹਾਨੂੰ ਬਹੁਤ ਹੈਲਪ ਕਰੂਗੀ। ਅਖੀਰ ਦੇ ਵਿੱਚ ਡਾਇਰੀ ਲਿਖਣ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਵੀ ਆਪਦਾ ਨੇਮ ਨਾਲ ਇਹ ਕੰਮ ਕਰਨਾ, ਆਪਦਾ ਨੇਮ ਬਣਾਉਣਾ, ਆਪਦੀ ਰੂਟੀਨ ਬਣਾਉਣੀ। ਜੇ ਇਹ ਰੂਟੀਨ ਬਣ ਗਈ, ਕੰਸਿਸਟੈਂਟ ਰਹਿਣਾ, ਰੋਜ਼ ਕਰਨੀ ਹੈ ਮਤਲਬ ਰੋਜ਼ ਕਰਨੀ, ਇਹ ਨਹੀਂ ਹੈਗਾ 4 ਦਿਨ ਲਿਖ ਲਈ 3 ਦਿਨ ਛੱਡਤੀ ਫਿਰ ਸਵਾਦ ਨਹੀਂ ਆਉਂਦਾ। ਹਾਂਜੀ ਮਿਸ ਹੋ ਗਿਆ ਦਿਨ ਕੋਈ ਚੱਕਰ ਨਹੀਂ, ਜਿੱਥੋਂ ਸ਼ੁਰੂ ਕਰ ਲਿਆ ਉੱਥੋਂ ਸਟਾਰਟ ਕਰ ਲਓ ਦੁਬਾਰਾ, ਛੱਡਣਾ ਨਹੀਂ। ਪਰ ਜੇ ਇਸ ਤਰੀਕੇ ਨਾਲ ਲਿਖੋਗੇ ਤਾਂ ਆਪਦੇ ਆਪ ਹੀ ਚੀਜ਼ਾਂ ਤੁਹਾਡੇ ਲਈ ਦਿਨ ਬ ਦਿਨ ਬੈਟਰ ਹੋਣਗੀਆਂ, ਆਪਦੇ ਆਪ ਨਾਲ ਜਾਣ ਪਛਾਣ ਜ਼ਿਆਦਾ ਹੋਊਗੀ, ਆਪਦੀ ਨੌਲੇਜ ਵਧੂਗੀ ਆਪਣੇ ਬਾਰੇ ਵੀ ਮੈਂ ਕੌਣ ਹਾਂ, ਅਤੇ ਉਹੀ ਚੀਜ਼ ਤਾਂ ਆਪਾਂ ਚਾਹੁੰਦੇ ਹਾਂ। ਇਹ ਸਾਰੇ ਨਾਲ ਸਭ ਤੋਂ ਬੈਨੀਫਿਟ ਇਹ ਹੋਊਗਾ, ਆਪਾਂ ਆਪਦੀ ਰਿਫਲੈਕਸ਼ਨ ਕਰਾਂਗੇ, ਆਪਾਂ ਰੱਬ ਨਾਲ ਜੁੜਾਂਗੇ, ਕਿਉਂਕਿ ਆਪਾਂ ਨੂੰ ਪਤਾ ਲੱਗਦਾ ਆਪਾਂ ਪਾਠ ਘੱਟ ਕਰਿਆ ਜਾਂ ਆਪਾਂ ਰੱਬ ਨਾਲ ਘੱਟ ਜੁੜਿਆ, ਇਹ ਤਾਂ ਅਕਸਰ ਆਪਾਂ ਨੂੰ ਪਤਾ ਲੱਗਦਾ। ਪਰ ਜਦੋਂ ਲਿਖਾਂਗੇ ਫਿਰ ਫੀਲ ਹੁੰਦਾ ਨਾ ਵੀ ਕੱਲ੍ਹ ਨੂੰ ਨਹੀਂ ਲਿਖਣਾ, ਕੱਲ੍ਹ ਨੂੰ ਤਾਂ ਪਾਠ ਕਰਾਂਗੇ, ਕੱਲ੍ਹ ਨੂੰ ਤਾਂ ਗੁਰੂ ਘਰ ਜਾਵਾਂਗੇ, ਫਿਰ ਉਦੋਂ ਬਾਅਦ ਇਹੀ ਚੀਜ਼ਾਂ ਫੀਲ ਹੁੰਦੀਆਂ ਵੀ ਜਿੰਮ ਨਹੀਂ ਗਏ, ਖਾਣਾ ਨਹੀਂ ਸਹੀ ਖਾਧਾ, ਜਾਂ ਕਿਸੇ ਨੂੰ ਪੁੱਠਾ ਬੋਲੇ, ਕਿਸੇ ਨਾਲ ਗੁੱਸੇ ਹੋਏ, ਕਿਸੇ ਨਾਲ ਵਰਤੇ ਨਹੀਂ ਚੱਜ ਨਾਲ, ਅੱਜ ਜੋਬ ਨਹੀਂ ਅਪਲਾਈ ਕੀਤੀ, ਯੇ ਨਹੀਂ ਕੀਤਾ, ਵੋ ਨਹੀਂ ਕੀਤਾ, ਉਹ ਸਾਰਾ ਕੁਝ ਤੁਹਾਨੂੰ ਉੱਥੋਂ ਸਮਝ ਆਊਗਾ। ਤਾਂ ਡਾਇਰੀ ਲਿਖਣਾ ਇੱਕ ਬਹੁਤ ਸੋਹਣੀ ਚੀਜ਼ ਆ, ਅਤੇ ਡਾਇਰੀ ਲਿਖਣ ਦੇ ਲਈ ਆਪਣੇ ਵਾਲੀ ਕਿਤਾਬ ਸਟਾਰਟਿੰਗ ਦੇ ਲਈ ਇੱਕ ਬੈਸਟ ਟੂਲ ਹੈ। ਅਤੇ ਜੇ ਕਿਤਾਬ ਲੈਣੀ ਹੈ ਮੇਰੀ ਵੈਬਸਾਈਟ ਤੋਂ ਜਾ ਕੇ ਤੁਸੀਂ ਖਰੀਦ ਸਕਦੇ ਹੋ, ਪੂਰੇ ਵਰਲਡ ਵਾਈਡ ਡਿਲੀਵਰੀ ਆ। ਜੇ ਆਪਾਂ ਇੰਡੀਆ 'ਚ ਰਹਿੰਦੇ ਹੋ ਤਾਂ ਇੱਥੇ ਇੱਕ ਫੋਨ ਨੰਬਰ ਆਪਾਂ ਪਾਤਾ, ਤੁਸੀਂ ਇਹ ਫੋਨ ਨੰਬਰ 'ਤੇ 425 ਰੁਪਏ ਦਾ ਗੂਗਲ ਪੇ ਕਰਕੇ ਇਹਨਾਂ ਤੋਂ ਵੀ ਕਿਤਾਬ ਪੂਰੇ ਇੰਡੀਆ 'ਚ ਡਿਲੀਵਰ ਕਰਕੇ ਮੰਗਵਾ ਸਕਦੇ ਹੋ। ਮੈਂ ਤੁਹਾਨੂੰ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ, ਬਹੁਤ ਛੇਤੀ।